ਜਦੋਂ ਸਤਕਾਰ ਕਮੇਟੀਆਂ ਬਣੀਆਂ ਨਾ ਜੀ ਜੀ ਤਾਂ ਉਹਨਾਂ ਨੇ ਉਦਾਸੀ ਸੰਪਰਦਾ ਦੇ ਜਿਹੜੇ ਐ ਉਹਦੇਆਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਚੱਕਣਾ ਸ਼ੁਰੂ ਕਰ ਦਿੱਤਾ ਠੀਕ ਹੈ ਜੀ ਉਹਦੇ ਵਿੱਚ ਕੀ ਹੋਇਆ ਜਿਹੜੇ ਆਰਐਸਐਸ ਹੈ ਜਿਹੜਾ ਸਿੱਖ ਵਿਰੋਧੀ ਹੈ ਜੀ ਉਹਨਾਂ ਦਾ ਦਾਲ ਲੱਗਿਆ ਉਹਨਾਂ ਦੇ ਕਿਸੇ ਸਾਡੇ ਉਦਾਸੀ ਸੰਤ ਤੋਂ ਹੀ ਉਹ ਉਹਨੂੰ ਲਿਖਾਇਆ ਜੀ ਲਿਖਾ ਕੇ ਸਾਨੂੰ ਉਹ ਮੈਂ ਕਹਿੰਦਾ ਤਾਂ ਵੀ ਜੇ ਉਹ ਲੈ ਗਏ ਤੁਸੀਂ ਤਾਂ ਪ੍ਰਕਾਸ਼ ਕਰੋ ਜੀ ਜਦ ਕਿ ਉਹ ਗਲਤ ਹੈ ਮੈਂ ਉਹਨੂੰ ਮੰਨਤਾ ਨਹੀਂ ਦਿੰਦਾ ਕੀ ਗੁਰੂ ਗੁਰੂ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਹੀ ਉਹ ਦਾਸੀ ਸੰਪਰਦਾਇ ਹੈ ਕਿਉਂਕਿ ਆਪਣੇ ਦਸਵੇਂ ਪਾਤਸ਼ਾਹ ਨੇ ਜਦੋਂ ਚਾਹ ਸੂਪ ਤਿਆਰ ਕੀਤੇ ਜੀ ਉਸ ਬਿੱਲੈ ਗੁਰੂ ਗ੍ਰੰਥ ਸਾਹਿਬ ਦਾ ਇੱਕ ਸੂਪ ਜਿਹੜਾ ਉਹ ਦਾਸੀਆਂ ਨੂੰ ਦਿੱਤਾ ਉਹਨਾਂ ਨੂੰ ਇੱਕੋ ਗੱਲ ਕਹੀ ਵੀ ਉਹ ਦਾਸੀਓ ਜਾਓ ਗੁਰਬਾਣੀ ਦਾ ਪ੍ਰਚਾਰ ਕਰੋ ਜੀ ਅਸੀਂ ਜਿਹੜੀ ਕੱਚੀ ਬਾਣੀ ਹੈ ਮੈਂ ਉਹਦਾ ਸਮਰਥਨ ਨਹੀਂ ਕਰਦਾ ਉਹ ਬਿਲਕੁਲ ਗਲਤ ਹੈ ਠੀਕ ਹੈ ਉਹ ਉਹ ਜਿਹੜਾ ਜੋ ਵੀ ਉਹ ਬਣਾਇਆ ਸੁਬਾਨ ਸਾਗਰ ਜੀ ਉਹ ਦਾਸਿਆਂ ਨੂੰ ਗੁਮਨਾ ਕਰਨ ਲਈ ਬਣਾਇਆ ਇੱਕ ਉਹ ਆਲ ਲੈ ਲੇ ਵੀ ਇੱਥੋਂ ਸਰੂਪ ਚੱਕ ਲੈ ਕੇ ਉੱਥੇ ਤੁਸੀਂ ਉਹ ਪ੍ਰਕਾਸ਼ ਕਰਦੇ ਹੋ ਜਿੱਦਾਂ ਕਈ ਤਾਂ ਹਾਂ ਤੇ ਜਦੋਂ ਲੈ ਕੇ ਗਏ ਤਾਂ ਰਮੈਣ ਦਾ ਪਾਠ ਹੋਇਆ ਰਮੈਣ ਦਾ ਪਾਠ ਹੋਇਆ ਤੇ ਇਹਨਾਂ ਨੇ ਸੁਬਾਨ ਸਾਗਰ ਲਿਆ ਕੇ ਸਾਡੇ ਮੂਹਰੇ ਇੱਕ ਪੇਸ਼ ਕਰ ਦਿੱਤਾ ਵੀ ਬਾਬਾ ਸ਼ੀਚੰਦ ਮਾਜੀ ਦੀ ਬਾਣੀ ਹੈ ਉਹ ਕਿਸੇ ਦੀ ਸੰਤ ਦੀ ਬਾਣੀ ਹੋ ਸਕਦੀ ਹੈ ਕਿ ਬਾਬਾ ਸ਼ੀਚੰਦ ਮਾਜੀ ਦੀ ਅਥੋਰਾਈਜ਼ ਬਾਣੀ ਨਹੀਂ ਹੈ ਉਹ ਜੀ ਜੀ ਜੀ